ਇਹਦਾ ਜੀ ਮੂਲ ਕਾਰਨਾ ਪੰਜਾਬ ਦੀ ਕਾਂਗਰਸ ਸਰਕਾਰ ਨੇ ਨਾਦਰ ਸ਼ਫਾਈ ਫਰਮਾਨ ਜਾਰੀ ਕਰਕੇ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਜਿਹੜਾ ਫੈਸਲਾ ਲਿਆ ਉਹਦੇ ਵਿੱਚ ਜਿਹੜਾ ਆਰਟੀ ਐਕਟ ਆ ਉਹਦੀ ਹੀ ਇਹ ਲੰਘਣਾ ਕਰ ਰਹੇ ਆ ਐਕਟ ਕਹਿੰਦਾ ਵੀ 1 ਕਿਲੋਮੀਟਰ ਦੇ ਘੇਰੇ ਵਿੱਚ ਇੱਕ ਪ੍ਰਾਇਮਰੀ ਸਕੂਲ ਬਹੁਤ ਜ਼ਰੂਰੀ ਆ ਤੇ ਬਹੁਤ ਸਾਰੇ ਸਕੂਲ ਇਹੋ ਜਿਹੇ ਬੰਦ ਕੀਤੇ ਆ ਸਾਡੇ ਜ਼ਿਲ੍ਹੇ ਦੇ ਵਿੱਚ ਹੀ ਸਕੂਲ ਬੰਦ ਕੀਤੇ ਆ ਮੈਂ ਉਦਾਹਰਨ ਦਿੰਦਾ ਸੈਦੋਕੇ ਸਕੂਲ ਦੀ ਬੱਚਿਆਂ ਨੂੰ 3 ਕਿਲੋਮੀਟਰ ਤੁਰ ਕੇ ਜਾਣਾ ਪਊਗਾ ਉੱਥੇ ਇਸ ਕਰਕੇ ਸਰਕਾਰ ਜਿੱਥੇ ਉਹਦਾ ਡਫਾਂਗਾ ਵੀ ਸਿਹਤ ਤੇ ਸਿੱਖਿਆ ਇਹੀ ਕੈਪਟਨ ਅਮਰਿੰਦਰ ਸਿੰਘ ਸੀ ਆਪਦੇ ਚੋਣ ਮੈਨੀਫੈਸਟੋ 'ਚ ਕਹਿੰਦੇ ਸੀ ਇਹ ਵੀ ਸਾਡੀ ਸਰਕਾਰ ਬਣਾ ਦਿਓ ਸਾਨੂੰ ਪੰਜਾਬ ਸਿਵਲ ਸਕੱਤਰੇਤ ਦੀਆਂ ਪੌੜੀਆਂ ਚੜਾ ਦਿਓ ਇੱਕ ਵਾਰ ਪੰਜਾਬ ਸਿਵਲ ਸਕੱਤਰੇਤ ਦੀਆਂ ਪੌੜੀਆਂ ਚੜਨ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਸਿਹਤ ਤੇ ਸਿੱਖਿਆ ਇਹਨਾਂ ਦੋ ਮਹਿਕਮਿਆਂ ਦੀ ਕਾਇਆ ਪਲਟ ਕਰ ਦਾਂਗੇ ਇਹ ਕਿਹੜੀ ਕਾਇਆ ਪਲਟ ਕੀਤੀ ਆ ਤੁਹਾਡੇ ਸਾਹਮਣੇ ਆ ਇੱਕ ਝਟਕੇ ਦੇ ਵਿੱਚ 800 ਪ੍ਰਾਇਮਰੀ ਸਕੂਲ ਬੰਦ ਕਰਨ ਵੇਲੇ ਇਹ ਸਿੱਖਿਆ ਦਾ ਜਿਹੜਾ ਇਹਨਾਂ ਨੇ ਕਾਂਡ ਕੀਤਾ ਸਿੱਖਿਆ ਵਿਰੋਧੀ ਨੀਤੀਆਂ ਦਾ ਅਸੀਂ ਪੁਤਲਾ ਸਾੜ ਕੇ ਵਿਰੋਧ ਕੀਤਾ समुचे पंजाब वासियों वास्ते ते खास करके साडे प्राइमरी स्कूलों वास्ते एक बहुत ही मंदभागा दिन सी जद पंजाब सरकार वल्लों 800 स्कूलों नू बंद करन दा नादरशाही फरमान जिहड़ा जारी कर दिता गया सी उस दे विरोध विच समुचियां अध्यापक जथेबंदियां वल्लों बीते कल जलंधर दे विच देश भगत यादगारी हाल दे विच इकट्ठे हो के सिक्ख्या बचाओ मंच दे नां हेठ एक झंडा जिहड़ा गढ़ दिता गया सी संघर्ष दा जिदे विच पंजाब दीआं समुचियां अध्यापक जथेबंदियां ने वड्डे तो वड्डे पद्धर ते अपनी शमूलियत करन दा फैसला कीता गया सी उस फैसले दे अनुसार अज जिला लैवल ते तैयारी दे विच मीटिंगां रखियां गईआं सी तां जो 25 तरीक नूं पंजाब सरकार दा पुतला जिहड़ा फूकिया जा सके कैप्टन अमरिंदर सिंह दी सरकार दा पुतला फूकिया जा सके ते नाल ही फैसला कीता गया सी कि जे सरकार ने फिर भी इह पत्र वापस ना लिया ਤਾਂ ਦੀਨਾ ਨਗਰ ਹਲਕੇ ਦੇ ਵਿੱਚ ਸਿੱਖਿਆ ਮੰਤਰੀ ਅਰਨਾ ਚੌਧਰੀ ਦੇ ਹਲਕੇ ਦੇ ਵਿੱਚ ਜਾ ਕੇ ਇੱਕ ਵਿਸ਼ਾਲ ਇਕੱਠ ਦੇ ਰੂਪ ਵਿੱਚ 50-60 ਹਜ਼ਾਰ ਅਧਿਆਪਕਾਂ ਦੇ ਵਿਸ਼ਾਲ ਇਕੱਤਰਤਾ ਦੇ ਨਾਲ ਰੈਲੀ ਕੀਤੀ ਜਾਵੇਗੀ ਅਤੇ ਇਸ ਨਿਕੰਮੀ ਸਰਕਾਰ ਨੂੰ ਅਧਿਆਪਕਾਂ ਦੇ ਸਾਹਮਣੇ ਝੁਕਣ ਦੇ ਲਈ ਮਜਬੂਰ ਕਰ ਦਿੱਤਾ ਜਾਵੇਗਾ ਇਹ ਮਸਲਾ ਇੱਕ ਅਧਿਆਪਕ ਭਾਈਚਾਰੇ ਨਾਲ ਸੰਬੰਧਿਤ ਨਾ ਹੋ ਕੇ ਸਮੁੱਚੇ ਪੰਜਾਬ ਵਾਸੀਆਂ ਦੇ ਨਾਲ ਸੰਬੰਧਿਤ ਹੈ ਕਿਉਂਕਿ ਉਹ ਸਕੂਲ ਜਿਨ੍ਹਾਂ ਦੇ ਵਿੱਚ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕੋ ਦਮ 4-5 ਹਜ਼ਾਰ ਅਸਾਮੀ ਜਿਹੜੀ ਹੈ ਉਹ ਪੋਸਟ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ ਇੱਕ ਪਾਸੇ ਵਾਅਦਾ ਕਰ ਰਹੇ ਨੇ ਕਿ 50 ਹਜ਼ਾਰ ਅਸਾਮੀਆਂ ਜਿਹੜੀਆਂ ਉਹ ਭਰ ਦਿੱਤੀਆਂ ਗਈਆਂ ਨੇ ਤਾਂ ਦੂਜੇ ਪਾਸੇ 1 ਮਿੰਟ ਦੇ ਵਿੱਚ ਹੀ 5 ਹਜ਼ਾਰ ਅਸਾਮੀ ਜਿਹੜੀ ਸਕੂਲਾਂ ਤੋਂ ਚੁੱਕ ਦਿੱਤੀ ਗਈ ਹੈ ਉਹ ਸਰਕਾਰ ਨੂੰ ਅੱਜ ਜਗਾਉਣ ਦੇ ਲਈ ਸਮੁੱਚੇ ਪੰਜਾਬ ਦੇ ਵਿੱਚ ਸਿੱਖਿਆ ਬਚਾਓ ਮੰਚ ਦੇ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਗਈਆਂ ਮੀਟਿੰਗਾਂ ਦੀ ਤਿਆਰੀ ਇੰਨੀ ਕੁ ਵਿਸ਼ਾਲ ਹੋ ਚੁੱਕੀ ਹੈ ਕਿ ਚੰਡੀਗੜ੍ਹ ਤੋਂ ਫੋਨ ਜਿਹੜਾ ਕ੍ਰਿਸ਼ਨ ਕੁਮਾਰ ਜੀ ਵੱਲੋਂ ਪਹੁੰਚ ਚੁੱਕਾ ਕਿ ਕੱਲ੍ਹ ਨੂੰ ਆਣ ਕੇ ਮੇਰੇ ਨਾਲ ਮੇਜ਼ ਉੱਪਰ ਬੈਠ ਕੇ ਗੱਲ ਕੀਤੀ ਜਾਵੇ ਇੱਕ ਗੱਲ ਦੱਸ ਦੇਣੀ ਚਾਹੁੰਦੇ ਹਾਂ ਬੱਚਾ ਸਕੂਲ ਦੇ ਵਿੱਚ ਇੱਕ ਹੋਵੇ ਜਾਂ ਬੱਚੇ ਦੋ ਹੋਣ ਪੰਜਾਬ ਦੇ ਵਿੱਚ ਕੋਈ ਵੀ ਸਕੂਲ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਇਹ ਅਧਿਆਪਕ ਵਰਗ ਦੀ ਇੱਥੇ ਜਿਹੜੀ ਆ ਇਹ ਦੱਸਣਯੋਗ ਪ੍ਰਾਪਤੀ ਬਣਦੀ ਆ ਕ੍ਰਿਸ਼ਨ ਕੁਮਾਰ ਜੀ ਜਿਸ ਤਰ੍ਹਾਂ ਦਾ ਜ਼ੋਰ ਲਗਾਉਣਾ ਜਿਸ ਤਰ੍ਹਾਂ ਸਰਕਾਰ ਤੁਹਾਨੂੰ ਫੀਡਬੈਕ ਦੇ ਰਹੀ ਆ ਜੋ ਮਰਜ਼ੀ ਕਰ ਲਿਓ ਅਧਿਆਪਕ ਵਰਗ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਨਾ ਕੋਈ ਸਕੂਲ ਬੰਦ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਇਹੋ ਜਿਹੀ ਕੋਈ ਹਰਕਤ ਕਰਿਓ ਨਹੀਂ ਤਾਂ ਅਜਿਹਾ ਜਵਾਬ ਦਿੱਤਾ ਜਾਵੇਗਾ ਕਿ ਸਰਕਾਰ ਮੂਹੇ ਮੂੰਹ ਡਿੱਗ ਪਵੇਗੀ ਧੰਨਵਾਦ ਜੀ।